ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਸੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੇ ਰਿਜ਼ਲਟਸ ਡਿਕਲੇਅਰ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਹੜੇ ਵੀ ਵਿਦਿਆਰਥੀ ਮੇਰੇ ਚੈਨਲ ਨਾਲ ਜੁੜੇ ਹੋਏ ਨੇ ਤੇ ਬੀਏ ਦੀ ਤਿਆਰੀ ਕਰ ਰਹੇ ਸੀ ਸੋ ਉਹਨਾਂ ਦੇ ਜਿਹੜੇ ਹੈਗੇ ਨੇ ਰਿਜ਼ਲਟ ਡਿਕਲੇਅਰ ਹੋ ਚੁੱਕੇ ਨੇ ਤਾਂ ਪ੍ਰੀਵੀਅਸ ਵੀਡੀਓਜ਼ ਵਿੱਚ ਮੈਂ ਪਾਇਆ ਸੀ ਬੀਏ ਸੈਮੈਸਟਰ 1 ਦਾ ਪ੍ਰਾਈਵੇਟ ਡਿਸਟੈਂਸ ਰੀਪੀਅਰ ਵਾਲੇ ਦਾ ਰਿਜ਼ਲਟ ਆ ਗਿਆ ਜਿਹੜੇ ਵੀ ਵਿਦਿਆਰਥੀ ਰੈਗੂਲਰ ਦੇ ਵਿੱਚ ਬੀਏ ਕਰ ਰਹੇ ਨੇ ਫਰਸਟ ਸੈਮੈਸਟਰ ਚ ਨੇ ਤਾਂ ਉਹਨਾਂ ਦਾ ਵੀ ਜਲਦੀ ਰਿਜ਼ਲਟ ਡਿਕਲੇਅਰ ਹੋ ਜਾਏਗਾ ਜਿਹੜੇ ਵਿਦਿਆਰਥੀ ਸੈਮੈਸਟਰ 3 ਦੇ ਵਿੱਚ ਨੇ ਪ੍ਰਾਈਵੇਟ ਡਿਸਟੈਂਸ ਵਾਲੇ ਰੈਗੂਲਰ ਵਾਲੇ ਉਹਨਾਂ ਦਾ ਵੀ ਰਿਜ਼ਲਟ ਜਲਦੀ ਡਿਕਲੇਅਰ ਹੋ ਜਾਏਗਾ ਤੇ ਜਿਹੜੇ ਵਿਦਿਆਰਥੀ ਬੀਏ ਦੀ ਟੀਚ ਟੀਚਿੰਗ ਕਰਦੀਆਂ ਤਾਂ ਬੀਏ ਸੈਮੈਸਟਰ 5 ਦਾ ਰੈਗੂਲਰ ਵਾਲਿਆਂ ਦਾ ਵੀ ਰਿਜ਼ਲਟ ਆ ਗਿਆ ਡਿਸਟੈਂਸ ਵਾਲਿਆਂ ਦਾ ਵੀ ਆ ਗਿਆ ਪ੍ਰਾਈਵੇਟ ਵਾਲਿਆਂ ਦਾ ਵੀ ਆ ਗਿਆ ਤੇ ਜਿਨ੍ਹਾਂ ਦੀ ਰੀਪੀਅਰ ਸੀ ਚਾਹੇ ਉਹ ਰੈਗੂਲਰ ਸੀ ਚਾਹੇ ਡਿਸਟੈਂਸ ਸੀ ਚਾਹੇ ਪ੍ਰਾਈਵੇਟ ਸੀ ਸੋ ਉਹਨਾਂ ਦਾ ਰਿਜ਼ਲਟ ਆ ਚੁੱਕਿਆ ਹੈ ਤਾਂ ਜਿਹੜੇ ਵੀ ਵਿਦਿਆਰਥੀਆਂ ਨੂੰ ਰਿਜ਼ਲਟ ਦੇ ਵਿੱਚ ਕੋਈ ਵੀ ਦਿੱਕਤ ਆ ਰਹੀ ਹੈ ਕਮੈਂਟ ਕਰਕੇ ਦੱਸਿਓ ਟੈਲੀਗ੍ਰam ਚੈਨਲ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਉੱਥੇ ਵੀ ਮੈਨੂੰ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਜ਼ਰੂਰ ਦੱਸਣਾ ਪਲੱਸ ਵੱਤੋ ਵੱਤ ਚੈਨਲ ਨੂੰ ਸ਼ੇਅਰ ਕਰੋ ਸਪੋਰਟ ਕਰੋ ਬਿਕਾਜ਼ ਮੇਰੇ ਚੈਨਲ ਤੇ ਕਾਫੀ ਸਾਰਾ ਕੰਟੈਂਟ ਅਵੇਲੇਬਲ ਆ ਸੋ ਉਹਨੂੰ ਵੀ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਅਤੇ ਨਾਲ ਹੀ ਆਪਣੇ ਜੂਨੀਅਰਜ਼ ਦੇ ਨਾਲ ਮੇਰਾ ਚੈਨਲ ਜਿਹੜਾ ਹੈ ਸ਼ੇਅਰ ਕਰ ਸਕਦੇ ਹੋ ਤਾਂ ਤੁਸੀਂ ਅਗਰ ਰਿਜ਼ਲਟ ਨੂੰ ਚੈੱਕ ਕਰਨਾ ਹੈ ਤਾਂ ਦੇਖੋ ਇੱਥੇ ਸੈਕਿੰਡ ਨੰਬਰ ਤੇ ਤੁਹਾਡਾ ਰਿਜ਼ਲਟ ਡਿਕਲੇਅਰ ਕੀਤਾ ਗਿਆ ਠੀਕ ਹੈ ਰਿਲੀਜੀਅਸ ਸਟੱਡੀਜ਼ ਵਾਲਿਆਂ ਦਾ ਵੀ ਰਿਜ਼ਲਟ ਆ ਚੁੱਕਿਆ ਹੈ ਬੀਏ ਐਲਐਲਬੀ ਫਰਸਟ ਸੈਮੈਸਟਰ ਦੇ ਬੱਚਿਆਂ ਦਾ ਵੀ ਰਿਜ਼ਲਟ ਆ ਚੁੱਕਿਆ ਹੈ ਐਮਐਸਸੀ ਸਪੋਰਟਸ ਕੋਚਿੰਗ ਦੇ ਬੱਚੇ ਸੀ ਠੀਕ ਹੈ ਐਮ ਲੀਵ ਦੇ ਬੱਚੇ ਸੀ ਸੋ ਇਹਨਾਂ ਦਾ ਰਿਜ਼ਲਟ ਜਿਹੜਾ ਹੈ ਆ ਚੁੱਕਿਆ ਹੈ ਤੇ बीए ਵਾਲਿਆਂ ਦਾ ਵੀ ਪ੍ਰਾਈਵੇਟ ਡਿਸਟੈਂਸ ਅਤੇ ਰੀਪੀਅਰ ਦਾ ਰਿਜ਼ਲਟ ਆ ਚੁੱਕਿਆ ਐਨੂਅਲ ਵਾਲਿਆਂ ਦਾ ਵੀ ਰਿਜ਼ਲਟ ਜਿਹੜਾ ਹੈ BCA ਵਾਲਿਆਂ ਦਾ ਵੀ ਰਿਜ਼ਲਟ ਜਿਹੜਾ ਹੈ ਆ ਚੁੱਕਿਆ ਠੀਕ ਹੈ ਤਾਂ ਇੱਥੇ ਜਿਹੜੇ ਹਨ ਤੁਹਾਨੂੰ ਸਭ ਤੋਂ ਉੱਪਰ ਵਾਲੇ ਜਿਹੜੇ ਨੇ ਲੇਟੈਸਟ ਰਿਜ਼ਲਟ ਜਿਹੜੇ ਨੇ ਤੁਹਾਨੂੰ ਦਿਖ ਰਹੇ ਨੇ ਠੀਕ ਹੈ ਤਾਂ ਰਿਜ਼ਲਟ ਨੂੰ ਤੁਸੀਂ ਚੈੱਕ ਕਿੱਦਾਂ ਕਰਨਾ ਹੈ ਤਾਂ ਤੁਸੀਂ ਜਦੋਂ ਵੀ ਕਿਸੇ ਲਾਈਕ ਫੋਰ ਐਗਜ਼ਾਮਪਲ बीए ਸੈਮੈਸਟਰ 5 ਦੇ ਬੱਚੇ ਨੇ ਤਾਂ ਤੁਸੀਂ ਇੱਥੇ ਕਲਿੱਕ ਕਰੋਗੇ ਜਦੋਂ ਇਸ ਦੇ ਉੱਤੇ ਤਾਂ ਤੁਹਾਡੇ ਕੋਲ ਇੱਕ ਜਿਹੜਾ ਹੈ ਇੰਟਰਫੇਸ ਖੁੱਲਜੂਗਾ ਪੇਜ ਖੁੱਲਜੂਗਾ ਠੀਕ ਹੈ ਜਾਂ ਫਿਰ ਤੁਸੀਂ ਇੱਥੇ ਠੀਕ ਹੈ ਕੋਈ ਵੀ ਬਟਨ ਇਸ ਟਾਈਮ ਜਿਹੜਾ ਹੈ ਸਾਈਟ ਦੇ ਉੱਤੇ ਐਰਰ ਆ ਰਿਹਾ ਜੇ ਤੁਸੀਂ ਕਲਿੱਕ ਕਰੋਗੇ ਤਾਂ ਇੱਕ ਪੇਜ ਖੁੱਲ ਜੇਗਾ ਉੱਥੇ ਤੁਸੀਂ ਰੋਲ ਨੰਬਰ ਭਰ ਕੇ ਐਂਟਰ ਕਰੋਗੇ ਤਾਂ ਤੁਹਾਡਾ ਜਿਹੜਾ ਹੈ ਰਿਜ਼ਲਟ ਆ ਜਾਏਗਾ ਠੀਕ ਹੈ ਸੋ ਇਸ ਟਾਈਮ ਸਾਈਟ ਬਹੁਤ ਜ਼ਿਆਦਾ ਬਿਜ਼ੀ ਹੋ ਰਹੀ ਹੈ ਤਾਂ ਕਰਕੇ ਆਪਣਾ ਪੇਜ ਜਿਹੜਾ ਹੈ ਨਹੀਂ ਖੁੱਲ ਰਿਹਾ ਸੋ ਮਿਲਦੇ ਹਾਂ ਆਪਾਂ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਸੋ ਮੱਚ